ਸਾਸ਼ੀਕਾਲ ਸਾਡੇ ਵਾਲਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸੀ ਕੌਰ ਨਿਊਜ਼ੀਲੈਂਡ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਪ੍ਰਧਾਨ ਮੰਤਰੀ ਜਸਿੰਦਾ ਆਰਡਨ ਦੇ ਵੱਲੋਂ ਬੀਤੇ ਦਿਨ ਐਲਾਨ ਕਰ ਦਿੱਤਾ ਗਿਆ ਹੈ ਕਿ ਮੰਗਲਵਾਰ ਯਾਨੀ ਕਿ ਅੱਜ ਰਾਤੀ 11:59 ਤੋਂ ਆਕਲੈਂਡ ਦੇ ਵਿੱਚ ਲੈਵਲ 3 ਦਾ ਸਟੈਪ 2 ਲਾਗੂ ਕਰ ਦਿੱਤਾ ਜਾਵੇਗਾ ਇਹ ਸਟੈਪ 2 ਦੇ ਨਿਯਮ ਕੁਝ ਇਸ ਪ੍ਰਕਾਰ ਨੇ ਰੀਟੇਲ ਖੁੱਲ ਸਕੇਗਾ ਗ੍ਰਾਹਕਾਂ ਦੇ ਵਿੱਚ 2 ਮੀਟਰ ਦੀ ਸੋਸ਼ਲ ਡਿਸਟੈਂਸਿੰਗ ਲਾਜ਼ਮੀ ਹੈ ਇਸ ਦੇ ਨਾਲ ਮਾਸਕ ਪਾਉਣਾ ਵੀ ਜ਼ਰੂਰੀ ਹੈ ਪਬਲਿਕ ਫੈਸਿਲਿਟੀਜ਼ ਵੀ ਜਿਵੇਂ ਕਿ ਲਾਇਬ੍ਰੇਰੀਜ਼ ਮਿਊਜ਼ੀਅਮ ਤੇ ਚਿੜੀਆਘਰ ਵੀ ਖੁੱਲ ਸਕਣਗੇ ਪਰ ਉਸੇ ਤਰੀਕੇ ਦੇ ਨਾਲ ਗ੍ਰਾਹਕਾਂ ਦੇ ਵਿੱਚ 2 ਮੀਟਰ ਦੀ ਡਿਸਟੈਂਸਿੰਗ ਤੇ ਨਾਲ ਦੇ ਨਾਲ ਮਾਸਕ ਲਾਜ਼ਮੀ ਕੀਤਾ ਗਿਆ ਆਊਟਡੋਰ ਇਨਡੋਰ ਪੂਲਸ ਵੀ ਬੰਦ ਰਹਿਣਗੇ ਕੈਫੇ ਰੈਸਟੋਰੈਂਟ ਸਿਰਫ ਟੇਕ ਅਵੇਜ਼ ਹੀ ਕਰ ਸਕਣਗੇ ਇਸ ਦੇ ਨਾਲ ਮਾਲਸ ਖੁੱਲ ਸਕਣਗੇ ਮਾਲਸ ਦੇ ਵਿੱਚ ਫੂਡ ਕੋਰਟ ਵੀ ਖੁੱਲਣਗੇ ਪਰ ਉੱਥੋਂ ਖਾਣਾ ਉੱਥੇ ਬੈਠ ਕੇ ਨਹੀਂ ਖਾਇਆ ਜਾ ਸਕੇਗਾ ਟੇਕ ਅਵੇ ਕੀਤਾ ਜਾਏਗਾ ਸਿਨੇਮਾਜ਼ ਕਸੀਨੋ ਹੇਅਰ ਡਰੈਸਰ ਬਾਰਬਰ ਸੈਲੂਨਸ ਫਿਲਹਾਲ ਦੇ ਲਈ ਬੰਦ ਹੀ ਰਹਿਣਗੇ ਆਕਲੈਂਡ ਦੇ ਬਾਰਡਰ ਵੀ ਇਸ ਸਮੇਂ ਬੰਦ ਹੀ ਰੱਖੇ ਗਏ ਨੇ ਬੀਤੇ ਦਿਨ ਨਿਊਜ਼ੀਲੈਂਡ ਵਿੱਚ ਕੋਵਿਡ-19 ਦੇ 190 ਕੇਸ ਦਰਜ ਕੀਤੇ ਗਏ ਨੇ ਇਹਨਾਂ ਵਿੱਚੋਂ 182 ਆਕਲੈਂਡ ਦੇ ਵਿੱਚ 7 ਕੇਸ ਵਾਇਕਾਟੋ ਦੇ ਵਿੱਚ ਤੇ 1 ਨਾਰਥਲੈਂਡ ਦੇ ਵਿੱਚ ਹੈ ਉੱਥੇ ਹੀ ਹਸਪੀਟਲ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋਈ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਇਸ ਵਿਅਕਤੀ ਨੂੰ ਟਰਾਮਾ ਦੇ ਨਾਲ ਸੰਬੰਧਿਤ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਉਸ ਨੂੰ ਕੁਝ ਸਮੇਂ ਬਾਅਦ ਕੋਵਿਡ ਦੀ ਵੀ ਪੁਸ਼ਟੀ ਹੋਈ ਜਿਸ ਤੋਂ ਬਾਅਦ ਉਸ ਦੀ ਮੌਤ ਹੋਈ ਹੈ ਫਿਲਹਾਲ ਹੈਲਥ ਮਿਨਿਸਟਰੀ ਦੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਇਸ ਵਿਅਕਤੀ ਦੀ ਮੌਤ ਕੋਵਿਡ ਦੇ ਨਾਲ ਹੋਈ ਹੈ ਜਾਂ ਕੋਈ ਹੋਰ ਕਾਰਨ ਸੀ ਉਧਰ ਵਾਇਕਾਟੋ ਦੇ ਵਿੱਚ ਸਾਹਮਣੇ ਆਏ ਕੇਸਾਂ ਦੇ ਵਿੱਚੋਂ 4 ਕੇਸ ਤੇ ਆਵਾਮੁਸਚੂ ਤੇ ਨਾਲ ਦੀ ਨਾਲ 3 ਕੇਸ ਹੈਮਿਲਟਨ ਦੇ ਵਿੱਚ ਆਏ ਦੱਸੇ ਜਾ ਰਹੇ ਨੇ ਫੰਗਰੇ ਹਸਪਤਾਲ ਦੇ ਵਿੱਚ ਇੱਕ 6 ਹਫ਼ਤੇ ਦੇ ਬੱਚੇ ਨੂੰ ਵੀ ਕੋਵਿਡ ਦੀ ਪੁਸ਼ਟੀ ਹੋਈ ਹੈ ਬੀਤੇ ਦਿਨ ਡਾਇਰੈਕਟਰ ਜਨਰਲ ਆਫ ਹੈਲਥ ਡਾਕਟਰ ਐਸ਼ਲੇ ਬਲੂਮਹਿਲ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਮੁਤਾਬਕ ਇਸ ਬੱਚੇ ਦਾ ਫਿਲਹਾਲ ਟ੍ਰੀਟਮੈਂਟ ਹਸਪਤਾਲ ਦੇ ਵਿੱਚ ਹੀ ਜਾਰੀ ਹੈ ਬੀਤੇ ਦਿਨ ਰਿਕਾਰਡ ਕੀਤੇ ਗਏ 81 ਹਸਪਤਾਲ ਦੇ ਕੇਸਾਂ ਦੇ ਵਿੱਚੋਂ ਹੀ ਇਹ ਇੱਕ ਕੇਸ ਹੈ ਇਹ ਨਿਊਜ਼ੀਲੈਂਡ ਦੇ ਵੱਲੋਂ ਡੋਮੈਸਟਿਕ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਲਈ ਤਾਜ਼ਾ ਐਲਾਨ ਕੀਤਾ ਗਿਆ ਜਿਸ ਮੁਤਾਬਕ ਉਹਨਾਂ ਕਿਹਾ ਹੈ ਕਿ ਹੁਣ ਇਹ ਨਿਊਜ਼ੀਲੈਂਡ ਦੇ ਵਿੱਚ ਡੋਮੈਸਟਿਕ ਟਰੈਵਲ ਕਰਨ ਵਾਲੇ ਯਾਤਰੀਆਂ ਨੂੰ ਵੈਕਸੀਨੇਸ਼ਨ ਦਾ ਪ੍ਰੂਫ ਦਿਖਾਉਣਾ ਲਾਜ਼ਮੀ ਹੈ ਤਾਂ ਫਿਰ ਕੋਵਿਡ-19 ਦਾ ਨੈਗੇਟਿਵ ਟੈਸਟ ਦਿਖਾਉਣਾ ਵੀ ਲਾਜ਼ਮੀ ਹੈ ਇਹ ਨਿਊਜ਼ੀਲੈਂਡ ਦੇ ਚੀਫ ਐਗਜ਼ੀਕਿਊਟਿਵ ਗ੍ਰੈਗ ਫੁਰਾਨ ਦੇ ਮੁਤਾਬਕ ਕੋਵਿਡ-19 ਦਾ ਡੈਲਟਾ ਜਿਸ ਤਰੀਕੇ ਦੇ ਨਾਲ ਫੈਲ ਰਿਹਾ ਹੈ ਅਜਿਹੀਆਂ ਨਵੇਂ ਨਿਯਮਾਂ ਦੇ ਨਾਲ ਹੀ ਉਸ ਨੂੰ ਰੋਕਿਆ ਜਾ ਸਕਦਾ ਹੈ ਉਹਨਾਂ ਕਿਹਾ ਕਿ ਇਹਨਾਂ ਗਰਮੀ ਦੀ ਛੁੱਟੀਆਂ ਦੇ ਵਿੱਚ ਲੋਕੀ ਜ਼ਿਆਦਾ ਯਾਤਰਾਵਾਂ ਕਰਨਗੇ ਆਪਣੇ ਪਰਿਵਾਰਾਂ ਨੂੰ ਆਪਣੇ ਦੋਸਤਾਂ ਨੂੰ ਮਿਲਣ ਦੇ ਲਈ ਜਾਣਗੇ ਇਸ ਦੇ ਲਈ ਇਹ ਨਿਯਮ ਬਿਲਕੁਲ ਸਹੀ ਹੈ ਉਹਨਾਂ ਕਿਹਾ ਕਿ ਲੋਕਾਂ ਨੂੰ ਵੈਕਸੀਨੇਸ਼ਨ ਦਾ ਪ੍ਰੂਫ ਦਿਖਾਉਣਾ ਪਵੇਗਾ ਤੇ ਇਸ ਦੇ ਨਾਲ ਗ੍ਰਾਹਕਾਂ ਦੇ ਨਾਲ ਨਾਲ ਬਾਕੀ ਪੂਰੇ ਲੋਕੀ ਵੀ ਜੋ ਯਾਤਰਾ ਕਰਨਗੇ ਤੇ ਸਟਾਫ ਮੈਂਬਰ ਵੀ ਸੁਰੱਖਿਅਤ ਮਹਿਸੂਸ ਕਰਨਗੇ ਇੱਥੇ ਵੀ ਦੱਸਿਆ ਗਿਆ ਹੈ ਕਿ ਇਹ ਬਦਲਾਵ 14 ਦਸੰਬਰ ਤੋਂ ਸ਼ੁਰੂ ਹੋਏਗਾ ਤੇ 31 ਮਾਰਚ ਤੱਕ ਜਾਰੀ ਰਹੇਗਾ ਉਧਰ ਨਿਊਜ਼ੀਲੈਂਡ ਸਰਕਾਰ ਤੋਂ ਅਪਰੂਵ ਹੀ ਵੈਕਸੀਨੇਸ਼ਨ ਤੇ ਟੈਸਟ ਇਸ ਦੇ ਵਿੱਚ ਐਕਸੈਪਟ ਕੀਤਾ ਜਾਏਗਾ ਅੱਜ ਸਵੇਰੇ ਆਕਲੈਂਡ ਦੇ ਨਾਰਥਨ ਬਾਰਡਰ ਦੇ ਉੱਤੇ ਕੁਝ ਲੋਕਾਂ ਦੇ ਗਰੁੱਪ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਜਿਸ ਤੋਂ ਬਾਅਦ ਭਾਰੀ ਮਾਤਰਾ ਦੇ ਵਿੱਚ ਪੁਲਿਸ ਮੌਕੇ ਤੇ ਮੌਜੂਦ ਰਹੀ ਮੰਨਿਆ ਜਾ ਰਿਹਾ ਕਿ ਇਹ ਗਰੁੱਪ ਫ੍ਰੀਡਮ ਦਲ ਰਾਈਟ ਕੋਲੀਸ਼ਨ ਦੇ ਨਾਲ ਸੰਬੰਧਿਤ ਹੈ ਜਿਨ੍ਹਾਂ ਵੱਲੋਂ ਵੈਲਿੰਗਟਨ ਦੇ ਵਿੱਚ ਵੈਕਸੀਨੇਸ਼ਨ ਤੇ ਲੋਕਡਾਊਨ ਦੇ ਵਿਰੁੱਧ ਪ੍ਰਦਰਸ਼ਨ ਵੀ ਕੀਤਾ ਜਾਣਾ ਹੈ ਉਧਰ ਪੁਲਿਸ ਦੇ ਵੱਲੋਂ ਦਿੱਤੀ ਸਟੇਟਮੈਂਟ ਦੇ ਵਿੱਚ ਦੱਸਿਆ ਗਿਆ ਕਿ ਇਸ ਵੱਡੇ ਗਰੁੱਪ ਦੇ ਵੱਲੋਂ ਵੈਲਸਪੋਰਟ ਦੇ ਨਾਰਥ ਦੇ ਵਿੱਚ ਸਟੇਟ ਹਾਈਵੇ 1 ਦੇ ਉੱਤੇ ਆਕਲੈਂਡ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਸਟੇਟ ਹਾਈਵੇ 1 ਨੂੰ ਵੀ ਕਾਫੀ ਸਮੇਂ ਦੇ ਲਈ ਬੰਦ ਰੱਖਿਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਰੋਡ ਨੂੰ ਕਲੀਅਰ ਰੱਖਣ ਦੇ ਲਈ ਕਾਫੀ ਮੁਸ਼ਕਲ ਵੀ ਕਰਨੀ ਪਈ ਇਸ ਸਮੇਂ ਤੱਕ ਦੀ ਗੱਲ ਕਰੀਏ ਤੇ ਪ੍ਰਦਰਸ਼ਨਕਾਰੀ ਉੱਥੋਂ ਜਾ ਚੁੱਕੇ ਸਨ ਨਿਊਜ਼ੀਲੈਂਡ ਸਰਕਾਰ ਦੇ ਵੱਲੋਂ ਆਕਲੈਂਡ ਦੇ ਵਿੱਚ ਨਵੇਂ ਟ੍ਰੈਫਿਕ ਲਾਈਟ ਸਿਸਟਮ ਨੂੰ ਸ਼ੁਰੂ ਕਰਨ ਦੀ ਉਮੀਦ ਇਸ ਨਵੰਬਰ ਦੇ ਇਸ ਮਹੀਨੇ ਦੇ ਅੰਤ ਤੱਕ ਜਤਾਈ ਜਾ ਰਹੀ ਹੈ ਪ੍ਰਧਾਨ ਮੰਤਰੀ ਜਸਿੰਦਾ ਆਰਡਨ ਦੇ ਵੱਲੋਂ ਬੀਤੇ ਦਿਨ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦਾ ਖੁਲਾਸਾ ਕੀਤਾ ਗਿਆ ਉਹਨਾਂ ਕਿਹਾ ਹੈ ਕਿ 29 ਨਵੰਬਰ ਤੋਂ ਬਾਅਦ ਇਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਉਹਨਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਹਰ ਇੱਕ ਚੀਜ਼ ਆਕਲੈਂਡ ਦੇ ਵਿੱਚ ਖੁੱਲ ਸਕੇਗੀ ਤੇ ਨਵੇਂ ਟ੍ਰੈਫਿਕ ਲਾਈਟ ਸਿਸਟਮ ਦੇ ਮੁਤਾਬਕ ਉਸ ਨੂੰ ਖੋਲ੍ਹਿਆ ਜਾ ਸਕੇਗਾ ਉਹਨਾਂ ਵੀ ਕਿਹਾ ਕਿ ਇੱਕ ਵਾਰੀ ਫਿਰ ਤੋਂ ਕੈਬਨਿਟ ਦੀ ਮੀਟਿੰਗ ਤੋਂ ਬਾਅਦ 29 ਨਵੰਬਰ ਤੋਂ ਬਾਅਦ ਇਸ ਉੱਤੇ ਫੈਸਲਾ ਲਿਆ ਜਾਏਗਾ ਇਸ ਤਰ੍ਹਾਂ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਤਰੀਨ ਜਾਣਕਾਰੀਆਂ ਦੇ ਲਈ ਤੁਸੀਂ ਬਣੇ ਰਹੋ ਸਾਡੇ ਵਾਲਾ ਟੀਵੀ ਦੇ ਨਾਲ ਹੁੰਦੀ ਹੋਈ ਇਜਾਜ਼ਤ ਸਤਿ ਸ਼੍ਰੀ ਅਕਾਲ